ਉਹ ਗੰਨਾ ਪੰਗੇ ਲਈ ਜਾਂ ਲਈ ਜਾਂਦਾ ਉੱਤੇ ਚੜ੍ਹਨ ਨੂੰ ਸਤਿ ਸ੍ਰੀ ਅਕਾਲ ਜੀ, ਗੁਡ ਮਾਰਨਿੰਗ ਜੀ ਸਾਰਿਆਂ ਨੂੰ। ਬਾਹਰ ਮੀਂਹ ਪਈ ਜਾਣ ਦਾ, ਕੱਲ ਗਰਮੀ ਨੀ ਅੱਜ ਠੰਡਾ ਹੋ ਗਿਆ। ਗੁਰਨਵਾਜ ਮਜ਼ਾ ਆਉਣ ਡਿਆ ਠੰਡੇ ਠੰਡੇ ਦਾ। ਇੱਧਰ ਤੇ ਮੀਂਹ ਨਜ਼ਾਰੇ ਹੀ ਬਣਦੇ, ਬੱਲੇ 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 ਬੱਲੇ। ਹੁਣ ਕੱਲ ਦੇ ਜਿਹੜੇ ਗਿਫਟ ਹੋਏ ਸੀ ਆਪਾਂ ਨਹੀਂ ਖੋਲੇ, ਕਿਉਂਕਿ ਸਾਡੇ ਪ੍ਰਾਹੁਣੇ ਵੀ ਲੇਟ ਬੜੀ ਗਏ ਸੀ, ਤੇ ਉਤੋਂ ਬਾਅਦ ਸਾਰੇ ਥੱਕ ਤੁੱਕ ਗਏ ਤੇ ਗੱਲਾਂ ਬਾਤਾਂ ਮਾਰਦੇ ਰਹੇ, ਤੇ ਹੁਣ ਆਪਾਂ ਤੇ ਗੁਰਮਾਨੀ ਉਹਨੇ ਛੇਤੀ ਛੇਤੀ ਖੋਲੀ। ਸਭ ਤੋਂ ਪਹਿਲਾਂ ਮੈਂ ਖੋਲੇ ਲੱਗੀ ਵਿਪੂ ਦਾ, ਮੈਨੂੰ ਪਤਾ ਸੀ ਕਿ ਵਿਪੂ ਨੂੰ ਪਤਾ ਸੀ ਕੀ ਲਿਆਂਦਾ ਗੁਰਨਵਾਜ। ਦੇਖੋ ਕਿੰਨਾ ਸੋਹਣਾ ਦੀਦੀ ਗਿਫਟ ਲੈ ਕੇ ਤੇਰੇ ਵਾਸਤੇ। ਵਾਓ ਗੁਰਨਵਾਜ ਤੇਰਾ ਸੂਟ ਹੀ ਸ਼ਾਈਨ, ਹਾਂ ਸੋਹਣਾ ਲੱਗ ਗਿਆ। ਆ ਵੀ ਜਾਣਾ ਹੈ, ਸੋਹਣਾ ਹੈ। ਥੈਂਕ ਯੂ ਮੋਰ, ਥੈਂਕ ਯੂ। ਫਿਰ ਆ ਬਸ ਕਿਹਦੇ ਨਾਂ ਨਹੀਂ ਲਿਖਿਆ, ਕੁਛ ਨਹੀਂ ਪਤਾ। ਅੱਛਾ ਇਹ ਸੱਚ ਉਹਨਾਂ ਦਾ ਇੱਕ ਗੁਸ਼ਰਨ ਦਾ ਸੀ ਨਾ, ਇੱਕ ਉਹ ਗੁਸ਼ਰਨ ਮਾਸੀ ਦਾ, ਮੇਰੀ ਮਾਸੀ ਦਾ ਬੈਡਸ਼ੀਟ ਲੱਗਣ ਦੀ ਮੈਨੂੰ ਤੇ ਨਾਲ ਲੱਗਦਾ ਮੇਰਾ ਸੂਟ ਹੋਊਗਾ, ਤੇ ਇਹ ਆਪਾਂ ਕਨਫਰਮ ਫੋਨ ਤੇ ਕਰ ਲਾਂਗੇ। ਤੇ ਆਹ ਗੁਰਸ਼ਰਨ ਹੋਣਾ ਗਿਫਟ ਲਿਆਂਦਾ, ਫਿਰ ਗੁਰਨਵਾਜ ਦਾ ਹੀ ਲੈਂਦਾ, ਮੇਰੇ ਲਿਆਂਦਾ ਮੇਰਾ। ਆਹ ਜਿਹੜਾ ਬਾਹਰੋਂ ਇਹਦਾ ਮਾਮੂ ਆਏ ਉਹ ਲੈ ਕੇ ਆਏ ਗਿਫਟ, ਤੇ ਇਹ ਵੇਖਦੇ ਇਹਦਾ ਕਿਵੇਂ ਕੀ ਨਿਕਲਦਾ ਹੈ। ਜੱਟ ਨੂੰ ਖੇਤੀ ਬਾੜੀ ਵਾਲਾ ਦਿੱਤਾ ਏ, ਅੱਗੇ ਨੂੰ ਮੈਨੂੰ ਕਾਫੀ ਫਰਕ ਆ ਵੈਸੇ। ਗੁਰਨਵਾਜ ਮਾਮੀ ਨੇ ਲਿਆਂਦਾ ਗਿਫਟ, ਆਪਾਂ ਇਹਦਾ ਖੋਲਦੇ। ਗੁਰਨਵਾਜ ਤੇਰੇ ਹੀ ਸੂਟ ਓ ਸੂਟਾ, ਸੋਹਣਾ ਸੂਟਾ, ਕੋਟ ਸੈਟ ਹੀ। ਸੋਹਣਾ ਹੈ, ਆ ਵੀ ਜਾਣਾ ਇਹਨੂੰ ਪੂਰਾ ਸੋਹਣਾ ਹੀ। ਬਾਹਰ ਆਣਾ ਪਾਏ ਹੁੰਦੇ ਇਦਾਂ ਦੇ ਕੱਛੇ ਜਿਹੇ, ਕੱਲ ਪਾ ਗਏ। ਤੇ ਆਹ ਤਲ ਵੀ ਬੜਾ ਸੋਹਣਾ ਮੇਰਾ ਸੂਟ, ਮੈਂ ਵੀ ਇਦਾਂ ਹੀ ਪਾਇਆ। ਤੇ ਕੱਲ ਆ ਗਏ
ਪਜਾਮਾ ਕੁੜਤਾ ਹੀ ਕਰਨਾ ਆਏ ਗੁਨਾ ਤੇ ਤੇਰਾ ਪਜਾਮਾ ਕੁੜਤਾ ਆਇਆ ਤਾਂ ਹਾਏ ਮਾਮੀ ਦਾ ਖੜਾ ਰੋਣੇ ਤੇਰਾ ਇੱਕ ਖੜਾ ਆ ਕੀ ਹੈ ਰਮਾਲੀ ਹੈ ਨਹੀਂ ਹੈ ਰਮਾਲੀ ਵੀ ਨਾਲ ਸੋਹਣਾ ਲੈ ਗਏ ਇਹਦੀ ਮਾਮੀ ਲੈ ਗਏ ਗੁਰਨਵਾਲੇ ਦੀ ਹੁਣ ਇਹ ਤਾਈ ਲੈ ਕੇ ਆਈ ਆ ਕਵਰ ਚੇਅਰ ਇਹ ਬੜੀ ਸੋਹਣੀ ਇਹਨੂੰ ਪਸੰਦ ਵੀ ਬੜੀ ਆਈ ਬੈਠਾ ਨਹੀਂ ਉੱਥੇ ਆ ਇਹਦਾ ਕੀ ਨਾਮ ਲਿਦਾ ਇਹਨੇ ਤੇ ਆ ਮਰੂਪ ਨੇ ਲਿਆਂਦਾ ਤੇ ਮਰੂਪ ਨੇ ਕਿਹਾ ਪੁਈ ਪੁਈ ਨੇ ਕੋਈ ਮੇਰਾ ਨਾਂ ਜ਼ਰੂਰ ਲਵੇ ਨਿਆਣਾ ਤਾਂ ਕੀ ਹੁੰਦਾ ਕਿਉਂਕਿ ਸਾਨੂੰ ਮਰੂਪ ਮਰੂਪ ਲਿਆ ਕੇ ਮਰੂਪ ਕਿਉਂਕਿ ਉਹ ਇੱਕ ਬਾਈ ਚਾਂਸ ਸੀ ਮਾੜਾ ਨੰਗ ਵੀ ਜਾਵੇ ਪਤਾ ਕੀ ਹੋਊਗਾ ਚਰੀ ਕਹਿੰਦੀ ਮੇਰੇ ਲੈ ਕੇ ਜਾ ਜੀ ਹੈਲੀਕਾਪਟਰ ਆਏ ਨੇ ਚੁਰੇ ਰਾਮਨ ਨਹੀਂ ਇੱਥੇ ਆ ਹੁਣ ਇਹ ਜਾ ਜੀ ਇਹ ਪੈਰੀ ਬੋਲ ਇਹ ਹੁਣ ਡੇਕ ਬਣਾਇਆ ਆਪਾਂ ਹਾਂ ਰਾਮਨ ਤੇ ਡੇਕ ਬਣਾਇਆ ਹੁਣ ਗੁਰਨਵਾਜ ਦੀ ਨਾਨੀ ਲੈ ਗਈ ਮੇਰਾ ਸੂਟ ਕਹਿੰਦਾ ਸੂਟ ਜਿਹੜਾ ਤੁਹਾਡਾ ਹੈ ਸੂਟ ਥੈਂਕ ਯੂ ਸਰਗੁਣ ਮੈਨੂੰ ਪਤਾ ਲੱਗ ਗਿਆ ਸ਼ਕਲ ਤੋਂ ਲੱਗਣ ਦਿਆ ਉੱਤੇ ਬਣੀ ਨਾ ਖੁੜ ਓਦਾਂ ਮੈਨੂੰ ਫਰਕ ਹੈ ਵੈਸੇ ਇਹ ਅੱਗੇ ਕਿੰਨੇ ਵੀ ਹੈਗੇ ਅੱਗੇ ਨਾਲੋਂ ਫਰਕ ਹੈ ਮੈਨੂੰ ਕਾਫੀ ਚਲਾਉਣ ਲੱਗ ਪਏ ਨਾ ਤੇ ਇਹਦੇ ਤਿੰਨ ਚਾਰ ਹੋ ਗਏ ਤਿੰਨ ਸਾਡੇ ਘਰ ਨਿਆਣੇ ਆ ਇਹਨਾਂ ਨੇ ਚਾਰ ਚੀਜ਼ਾਂ ਹੀ ਵੰਡਿਆ ਆਇਆ ਕਰਨਗੀਆਂ ਸਹੀ ਗੱਲ ਜੀ ਹੁਣ ਆਪਾਂ ਰਹਿ ਗਏ ਸਰਗੁਣ ਨਹੀਂ ਜਸਲੀਨ ਦਾ ਜ਼ਿਆਦਾ ਜਸਲੀਨ ਦਾ ਹੈ ਆਮ ਦੂਜੀ ਭਤੀ ਦਾ ਜੀ ਤੇ ਇੱਕ ਰਹਿ ਗਏ ਹਾ ਉਹਦੇ ਮਾਮੂ ਦਾ ਜੀ ਬਸ਼ਰਨ ਮਾਮੂ ਦਾ ਤੇ ਇੱਕ ਦੀਪ ਦੀਦੀ ਉਹਨਾਂ ਦਾ ਰਹਿ ਗਿਆ ਬਸ ਸਾਰਿਆਂ ਨੇ ਬੜੇ ਸੋਹਣੀ ਖੇਚਲ ਕੀਤੀ ਬੜੇ ਸੋਹਣੇ ਗਿਫਟ ਆਏ ਸਾਰੇ ਗੁਰਨੂੰ ਵਾਲੇ ਕੋਈ ਵਰਤਣ ਵਾਲੇ ਇੱਕ ਵਾਰੀ ਜਲੰਧਰ ਤੇ ਆ ਗਏ ਬੰਦੇ ਚੰਗੇ ਹੋਏ ਸਾਰੇ ਜਿਨ੍ਹਾਂ ਨੇ ਸੋਹਣੇ ਸੋਹਣੇ ਗਿਫਟ ਲਿਆਂਦੇ ਓਦਾਂ ਮੈਨੂੰ ਫਰਕ ਹੈ ਅੱਗੇ ਨਾਲ ਲਿਆਂਦਾ ਵਿਪੂ ਤੇ ਸਰਗੁਣ ਆਉਂਦਾ
ਕਿਉਂਕਿ ਸਾਰੀਆਂ ਭੈਣਾਂ ਨੇ ਅਲੱਗ ਅਲੱਗ ਗਿਫਟ ਦਿੱਤੇ ਸੀ ਗੁਰੂ ਨਾਨਕ ਦੇਵ ਜੀ ਨੂੰ। ਆਪਣੀ ਬੁਗਨੀ ਤੋੜ ਕੇ ਲਿਆਂਦਾ ਬਹੁਤ ਸਾਰੇ ਆ ਟੇਪ ਇਹਨਾਂ ਆਪਣੇ ਪਿਓ ਦੀ ਬਾਹਰੋਂ ਵਾਲੀ ਲਾਈ ਮੈਨੂੰ ਪਤਾ ਕਿਉਂਕਿ ਇਹ ਟੇਪ ਧਾਗੇ ਵਾਲੀ ਹੈ ਛੇਤੀ ਪਾਟਣੀ ਨੀ ਮਨਦੀਪ ਦੀਦੀ ਕੱਖ ਨੀ ਲੈ ਕੇ ਟੇਪਾ ਬੜੀਆਂ ਚੀਜ਼ਾਂ ਜੀ ਡਾਇਪਰ ਦਾ ਜ਼ਰੂਰੀ ਬਾਕੀ ਕੰਮ ਬਾਅਦ ਚੋਂ ਘੋੜੇ ਛੋਟੀ ਨਾਨੀ ਕਾਠੀ ਮਾਮੂ ਲਿਆ ਗੁਰਸ਼ਰਨ ਸੋਹਣੇ ਆਏ ਸਾਰਿਆਂ ਦੇ ਕੋਲ ਮਿਲਾ ਕੇ ਬਹੁਤ ਸੋਹਣੇ ਗਿਫਟ ਸਾਰਿਆਂ ਦੇ ਬਹੁਤ ਸੋਹਣੇ ਗਿਫਟ ਤੇ ਹੁਣ ਆਪਾਂ ਨੂੰ ਹੋ ਗਏ ਫ੍ਰੀ ਤੇ ਚੱਲ ਇਹ ਮੈਨੂੰ ਲੱਗਦਾ ਕਿ ਤੁਸੀਂ ਉਹ ਗਲਤ ਪਾਇਆ ਇੱਧਰ ਇੱਧਰ ਚੱਲਣਾ ਤੇ ਦੂਜੀ ਤਰ੍ਹਾਂ ਇਹ ਭੁੜਕਦਾ ਹੁੰਦਾ ਜੀ ਗਲਤ ਨਹੀਂ ਪਾਇਆ ਆ ਚੁੱਕੇ ਆ ਆ ਚੁੱਕੇ ਗਏ ਨਾ ਆ ਖੋਲ ਕੇ ਲੈ ਫੜ ਵਧੀਆ ਓਏ ਲੱਕੜੀ ਦਾ ਗੋੜਾ ਗੋੜੇ ਤੇ ਕਾਠੀ ਦੁੰਮ ਦਬਾ ਕੇ ਦੌੜਾ ਗੋੜਾ ਇਦਾਂ ਕਰਕੇ ਨਾ ਗਾਣਾ ਆਉਂਦਾ ਤਾਂ ਗੁਰਨਾ ਸੁਣ ਹੁੰਦਾ ਹੈ ਉਹ ਮੂੰਹ ਚ ਵੀ ਕੁਝ ਕਰਦਾ ਹੀ ਉਹ ਗਾਣਾ ਬੋਲਦਾ ਨਾ ਰੋਜ਼ ਸੁਣਦਾ ਤਾਂ ਹੈਗਾ ਉਹ ਸੁਣਦਾ ਲੱਕੜੀ ਕੀ ਕਾਠੀ ਕਾਠੀ ਪੇ ਗੋੜਾ ਦੁੰਮ ਦਬਾ ਕੇ ਦੌੜਾ 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 ਦੁੰਮ ਬਜਾ ਕੇ ਉਹ ਡੇਗ ਨਾ ਖੁਦ ਕੁਝ ਚੱਲ ਚੱਲ ਗੁਰਮਾਨ ਜੀ ਇੱਥੇ ਚੱਲ ਮੈਂ ਨਾ ਇਹਨੂੰ ਨਹੀਂ ਪਤਾ ਬੜਾ ਖੜਾਉਂਦਾ ਬੜੀਆਂ ਚਿੰਗੜੀਆਂ ਮਾਰਦਾ ਹੀ ਉਹਦੇ ਨਾਲ ਘਰ ਕੁਰਸੀ ਦੇ ਦੇ ਬਹੁਤ ਮਹਿੰਗੇ ਜਾਣੇ ਨੇ ਚੀਜ਼ਾਂ ਨਹੀਂ ਮੈਨੂੰ ਨਾ ਖਿਡੌਣੇ ਜੇ ਮੈਨੂੰ ਬੜੇ ਵਧੀਆ ਲੱਗਦੇ ਮੈਂ ਨਿੱਕਾ ਹੁੰਦਾ ਬੜੇ ਖਿਡੌਣੇ ਨਾਲ ਖੇਡਦਾ ਹੁੰਦਾ ਤੇ ਗੁਰਨਿਵਾਸ ਦੇ ਚੱਕਰ ਚ ਮੈਨੂੰ ਮੈਂ ਖਿਡੌਣੇ ਤਾਂ ਹੀ ਯਾਦ ਲਿਆ ਕੇ ਦਿੰਦਾ ਹੁੰਦਾ ਮੈਂ ਆਪ ਹੀ ਖੇਡਦਾ ਰਹਿੰਦਾ ਹੁੰਦਾ ਉਦੋਂ ਮੈਂ ਬਾਂਦਰ ਜਿਹਾ ਲਿਆਂਦਾ ਟਪੂਸੀਆਂ ਵਾਲਾ ਵੀ ਪਛਾਣ ਏਦਾਂ ਦੀਆਂ ਚੀਜ਼ਾਂ ਮੈਨੂੰ ਮਜ਼ਾ ਜਿਹਾ ਆਉਂਦਾ ਰਹਿੰਦਾ ਜੀ
ਅੱਛਾ ਐਦਾਂ ਨਹੀਂ ਆਉਂਦਾ ਪਰ ਜੇ ਤੂੰ ਪਿੱਛਾ ਕਰ ਕਿੱਥੇ ਮੇਰੇ ਕੋਲ ਬੈਠਾ ਨਹੀਂ ਜਾਣਾ ਆਪ ਤਾਂ ਬੈਲੇ ਕੋਲ ਉੱਥੇ ਵੀ ਬੈਠਾ ਜਾਂਦਾ ਮੇਰਾ ਭਾਰ ਬੜਾ ਘੋੜਾ ਫਿਸ ਜਾਣਾ ਮੈਨੂੰ ਲੱਗ ਗਈ ਗਾਈਡ ਵੀ ਉਹਨਾਂ ਕੋਲ ਵੈਰੀ ਗੁੱਡ ਬੈਟਰੀ ਚਾਰਜ ਕਰ ਲਈਏ ਫਿਰ ਤੁਹਾਨੂੰ ਵਿਖਾਉਂਦੇ ਅੱਗੇ ਗੱਡੀ ਕੀ ਕੀ ਕਰਦੀ ਹੈ ਐਪ ਹੁਣ ਭੱਜ ਹੁਣ ਫੜ ਕੇ ਬਣਾ ਲੈ ਆ ਬੜੀ 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 ਬਣਾ ਲੈ ਹੈਲੋ ਗੋਨਾ ਚੀਜ਼ ਥੋੜੀ ਚੱਲਣ ਦਿੰਦਾ ਵੀ ਪਰੇ ਕਰ ਪੋ ਤੈਨੂੰ ਸਾਰੇ ਘੁੰਮ ਰਹੀ ਸਿੱਧੀ ਗੱਲ ਸਿੱਧੀ ਗੱਲ ਸਿੱਧੀ ਗੱਲ ਤੁਸੀਂ ਹੋਰ ਮੈਨੂੰ ਲੱਗੀ ਨੀ ਭਾਈ ਪਿੰਡ ਹੈ ਮੈਂ YouTube ਤੋਂ ਵੇਖਾਂਗੇ ਇੱਕ ਵਾਰੀ ਕੀ ਕੀ ਹੁੰਦਾ ਇੱਥੇ ਛੋਟਕੀ 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 ਹੁਣ ਦੀਦੀ ਤੇ ਮੈਂ ਚੱਲੇ ਆ ਦੀਦੀ ਰਵਿੰਦਰ ਹੋਣਾ ਕੋਲ ਤੇ ਦੀਪ ਦੀਦੀ ਕਦੀ ਲਿਮਕਾ ਵੈਸੇ ਪੀਂਦੇ ਕੋਈ ਵੀ ਚੀਜ਼ ਨੀ ਪੀਂਦੇ ਕੋਲਡ ਡਰਿੰਕ ਕੋਈ ਨੀ ਪੀਂਦੇ ਪਰ ਇਹ ਕਿ ਇਹਨਾਂ ਨੂੰ ਹੁਣ ਅੱਜ ਪਤਾ ਨੀ ਕਹਿੰਦੇ ਕਹਿਤਾ ਵੀ ਲੂਣ ਪਾ ਕੇ ਲਿਮਕਾ ਪਾ ਵੈਸੇ ਆਉਂਦੇ ਆ ਸੱਚੀ ਗੱਲ ਹੈ ਠੀਕ ਹੋ ਜਾਂਦਾ ਚਲੋ ਦੀਪ ਭੈਣ ਤਿਆਰ ਹੋ ਗਈ ਤੇ ਆਪਾਂ ਚੱਲ ਹਾਂਜੀ ਹੁਣ ਗੁਰਨਵਾਜ ਤੇ ਅਸੀਂ ਚੱਲੇ ਹਾਂ ਤੇ ਛੋਣਾ ਛੋਣਾ ਘੁੰਮਣ ਵਾਸਤੇ ਇਹਦੇ ਪਾਪਾ ਠੀਕ ਨਹੀਂ ਸੀ ਇਹਨਾਂ ਦੇ ਲੱਗ ਪੀੜ ਹੋਏ ਵਿਚਾਰ ਅੱਧਾ ਚੱਲ ਕੇ ਡਿਊਟੀ 'ਤੇ ਨਾਲੇ ਉੱਥੇ ਮੇਰੇ ਲੱਗਦਾ ਬੱਸ 'ਚ ਵਿਚਾਰੇ ਪਤਾ ਕਿੱਦਾਂ ਬੈਠੇ ਹੋਣਗੇ ਇੱਥੇ ਤਾਂ ਅਸੀਂ ਹੱਥ ਫੜ ਕੇ ਦਈਆਂ ਠਾਉਣ ਵਿਚਾਰੇ ਨੂੰ ਅਤੇ ਹੁਣ ਡਿਊਟੀ 'ਤੇ ਜਾਣਾ ਪੈਣਾ ਕਿਉਂਕਿ ਛੁੱਟੀਆਂ ਕਿੰਨੀਆਂ ਕਰ ਲਈਆਂ ਅਤੇ ਅੱਜ ਇੰਨਾ ਸੋਹਣਾ ਮੌਸਮ ਹੋ ਗਿਆ ਕੱਲ੍ਹ ਦੀ ਉਹ ਹੀ ਗਰਮੀ ਇੱਕ ਜਦੋਂ ਜ਼ਿਆਦਾ ਜਾਣੇ ਹੁੰਦੇ ਨਾ ਉਦੋਂ ਗਰਮੀ ਜ਼ਿਆਦਾ ਲੱਗਦੀ ਕਿਉਂਕਿ ਜਦੋਂ ਸਾਰਾ ਜਾਣੇ ਕਰਕੇ ਲੱਗਦੀ ਜ਼ਿਆਦਾ ਮੈਨੂੰ ਲੱਗਦਾ ਅਤੇ ਅੱਜ ਬਹੁਤ ਸੋਹਣਾ ਮੌਸਮ ਬਹੁਤ ਸੋਹਣਾ ਪਰ ਇਹ ਕਿ ਮੀਂਹ ਪੈਂਦਾ ਪਰ ਇਹ ਕਿ ਜੇ ਮੀਂਹ ਪੈਂਦਾ ਫਿਰ ਕੰਮ ਔਖਾ ਹੋਣਾ ਹੈ ਫਿਰ ਸੋਹਣੇ ਜਿਹੀ ਡੈਕੋਰੇਸ਼ਨ ਤੁਹਾਡੇ ਬੜੇ ਮੈਸੇਜ ਆਏ ਅਤੇ ਬੜੇ ਸੋਹਣੇ ਸੋਹਣੇ ਤੁਸੀਂ ਮੈਸੇਜ ਕਮੈਂਟ ਕੀਤੇ ਅਤੇ ਤੁਸੀਂ ਬਹੁਤ ਸਾਰੀਆਂ ਵਿਸ਼ਿਸ਼ ਵੀ ਢੱਲੀਆਂ ਗੁਰਨਵਾਜ ਨੂੰ ਅਤੇ ਇੱਥੇ ਤਾਂ ਪਿਆਰ ਕਰਦੇ ਰਹੇ ਹੁਣ ਆਪਾਂ ਚੱਲੇ ਇੱਥੇ ਫਿਰ ਉੱਥੇ ਤੁਹਾਨੂੰ ਮਿਲਦੇ ਜੇ ਦੀਪ ਦੀਦੀ ਆ ਜਾਂਦੀ ਫਿਰ ਮੇਰਾ ਕੋਈ ਕੰਮ ਨਹੀਂ ਹੁੰਦਾ ਮੇਰੇ ਨਾ ਸੂਟ ਕੇ ਜਾਏ ਜਾਣੇ ਅਤੇ ਉਹ ਮੈਨੂੰ ਬੜੀ ਜ਼ਰੂਰੀ ਪਰ ਦੀਪ ਦੀਦੀ ਕਰਕੇ ਮੇਰਾ ਛੱਡ ਕੇ ਜਾਣ ਜੀ ਇੱਕ ਨਾ ਉੱਧਰ ਸੰਦੀਪ ਆ ਜਾਂਦੀ ਮੇਰੀ ਭੈਣ ਉੱਧਰ ਦੀਪ ਦੀਦੀ ਆ ਜਾਂਦੇ ਅਤੇ ਉਹ ਮੈਨੂੰ ਆਖਦੀ ਚੱਲੀਏ ਘੁੰਮਣ ਮੈਂ ਨਹੀਂ ਯਾਰ ਮੇਰੇ ਨਨਾਣ ਆਈ ਅਤੇ ਉਹ ਵਿਚਾਰੀ ਜਦੋਂ ਹੁੰਦੀ ਨਾ ਜਦੋਂ ਪਿਛਲੀ ਵਾਰ ਆਈ ਰਹਿਣ ਵਾਸਤੇ ਉਦੋਂ ਵੀ ਦੀਪ ਦੀਦੀ ਹੁਣੀ ਆਏ ਉਦੋਂ ਵੀ ਫਿਰ ਮੈਂ ਗਈ ਮੈਨੂੰ ਕਿਹਾ ਜਾਂ ਤੂੰ ਭਾਬੀ ਨਾਲ ਘੁੰਮ ਨਹੀਂ ਤੇਰੇ ਨਾਲ ਜ਼ਿਆਦਾ ਮਜ਼ਾ ਆਉਂਦਾ ਅਤੇ ਉਹ ਫਿਰ ਮੀਂਹ ਪੈਂਦਾ ਪਿਆ ਤੁਸੀਂ ਗਏ ਵੀ ਨਹੀਂ ਕਿਸੇ ਪਾਸੇ ਹੁਣ ਹੀ ਚੱਲੇ ਹੁਣ ਮੀਂਹ ਹੱਥ ਗਿਆ ਹੁਣ ਹੀ ਚੱਲੇ ਭੂਈ ਦੇ ਨਾਲ ਘੁੰਮੀ ਘੁੰਮੀ ਗੱਲ ਮਾਰਤੀ ਆ ਪੇਪਰ ਰੈਡੀ ਹੋ ਕੇ ਬੈਠੀ ਆ ਤੇ ਦੀਪ ਦੀਦੀ ਨੇ ਤਿਆਰ ਰਹੇ ਵੇਟ ਕਰਨੇ ਕਿ ਉਹ ਵੀ ਜੀ ਅੱਖਾਂ ਦੇ ਡਰਾਈਵਰ ਭੇਜਦੇ ਤੇ ਮੰਮੀ ਉਹਨਾਂ ਦੀ ਵੇਟ ਕਰ ਰਹੇ ਮੰਮੀ ਨੇ ਗਏ ਸੀ ਬਾਬਾ ਸ਼ਹੀਦ ਸਾਹਿਬ ਤੇ ਦੀਪ ਦੀਦੀ ਜੀ ਤੁਸੀਂ ਆਉਂਦੇ ਸਾਨੂੰ ਬੜਾ ਘੁੰਮਾਉਂਦੇ ਅੱਜ ਦੀਪ ਦੀਦੀ ਨੇ ਸਾਨੂੰ ਇੱਧਰ ਲੈ ਕੇ ਚੱਲੀ ਆ ਤੇ ਕੱਲ੍ਹ ਨੂੰ ਦੀਪ ਦੀਦੀ ਸਾਨੂੰ ਉੱਧਰ ਖੜਨਾ ਹੈ ਕੱਲ੍ਹ ਸੁਣੀ ਸਾਹਿਬ ਕਰਾਉਣਾ ਆਪਾਂ ਤੇ ਉੱਥੇ ਸਾਰਾ ਫੈਮਲੀ ਫਿਰ ਇਕੱਠੇ ਹੋਵਾਂਗੇ ਫਿਰ ਪਰਸੋਂ ਦੀਦੀ ਨੇ ਕੋਈ ਨਾ ਕੋਈ ਲੱਭ ਰਿਹਾ ਇੱਕ ਹੈਗਾ ਜੇ ਮੈਂ ਯਾਦ ਕਰਾਉਂਦਾ ਤਿਆਰ ਹੋਏ ਨੇ ਹੈ ਨਾ
ਹੁਣ ਅਸੀਂ ਪਹੁੰਚ ਗਏ ਆਨੰਦ ਕੇ ਪਿੰਡ, ਗਾੜੀ ਨੀ ਮਿਲ ਗਈ ਪਿੰਡ। ਅੱਜ ਤੁਹਾਡਾ ਮੰਜਾ ਬਾਹਰ ਆਇਆ, ਅੱਡ ਹੋ ਗਿਆ ਮੈਂ, ਅੱਡ ਹੋ ਗਏ ਜੀ। ਦੀਦੀ ਨੂੰ ਮਿਲ ਗਿਆ ਕਾਰ ਤੇ, ਆਵੇ ਅਣਦੇ ਨੇ ਕਾਰਡ ਬਣਾਇਆ ਆਪਣੇ ਵੀਰੇ ਵਾਸਤੇ, ਕਿੰਨਾ ਸੋਹਣਾ ਲਿਖਿਆ, ਆਪੇ ਲਿਖਿਆ ਗੁਰਨਵਾਜ ਦਾ ਧਿਆਨ ਹੁੰਦਾ ਜੀ। ਯੂ ਆਰ ਬੈਸਟ ਬ੍ਰਦਰ, ਬੈਸਟ ਤੇ ਬੈਸਟ ਆਏ ਤੇਲੀ ਭੈਣ, ਕਿੰਨਾ ਸੋਹਣਾ ਲਿਖ ਕੇ ਲਈ, ਸਾਂਭ ਕੇ ਰੱਖਣਾ ਆਪਾਂ, ਠੀਕ ਹੈ ਸਾਂਭ ਤਾਂ ਪੁਰਾਣੇ ਬੰਦੇ ਨਹੀਂ ਪਤਾ ਲੱਗਦਾ ਕਿਹੜੀਆਂ ਨਵੇਂ ਰਵਾਜ ਦੀ ਕਿਹੜੀਆਂ ਪੁਰਾਣੇ ਰਵਾਜ ਦੀ, ਪੁਰਾਣੇ ਗਏ ਦੀ ਗੱਲ ਨੀ ਕਰਦੇ ਆ ਕਰਦੀ, ਜਦੋਂ ਇਹਦਾ ਵੇਖੋ ਹੋਣਾ ਸਰਗੋਣਾ ਵਿਆਹ ਨਾ, ਕਹਿੰਦਾ ਮਾਮੀ ਨੂੰ ਨੀ ਪਤਾ ਕੱਖ ਵੀ, ਸਾਡੀ ਇਹਨਾਂ ਨੇ ਕਰਕੇ ਪਿਆ ਕਰਨੀ ਆ, ਆ ਮਾਮੀ ਕੱਪੜੇ ਪਾਉਣੇ ਆ, ਮੰਮਾ ਨਹੀਂ ਪਾਉਣੇ, ਨਹੀਂ ਮੈਂ ਤਾਂ ਗੱਲ ਪੈਣੀ ਨਹੀਂ ਤੋੜ ਕੇ ਬੜੇ ਸਮੋਸੇ ਖਾਂਦੀ ਹੁੰਦੀ ਆ, ਮੈਨੂੰ ਪਤਾ ਆ, ਦੱਸਿਆ ਮੇਰੇ ਘਰ ਵਾਲੇ ਮੈਨੂੰ ਇੱਕ ਦਿਨ, ਆਂਦੇ ਮੇਰੀ ਭੈਣ ਸਮੋਸੇ ਬੜੇ ਖਾਂਦੀ ਹੁੰਦੀ, ਸਾਰੇ ਪੈਸੇ ਖਤਮ ਖੜ ਦਿੰਦੇ। ਗੁਰਨਵਾਜ ਤੇ ਅਨਹੰਦ ਦਏ ਹੋਟੇ ਲੈਣ ਜੰਪਿੰਗ ਦੇ, ਗੁਰਨਵਾਜ ਕਾਫੀ ਮਜ਼ਾ ਆਉਂਦਾ, ਅਨਹੰਦ ਬੜੀ ਸਿਆਣੀ, ਉਹ ਇੱਕ ਸਾਈਡ ਤੇ ਦਈ ਜੰਪਿੰਗ ਕਰਨ ਕੇ, ਗੁਰਨਵਾਜ ਡਿੱਗ ਨਾ ਜਾਵੇ, ਗੁਰਨਵਾਜ ਹੈ ਹਾਂ ਚੰਗਾ ਦੀਦੀ, ਫਿਰ ਤੁਸੀਂ ਸਵੇਰ ਆਇਆ ਤਾਂ ਸੁਣਾ ਦੀਦੀ ਜੇ ਚੱਲੇ, ਆਹੋ ਚਲੋ ਦੀਪ ਭੈਣ ਆ ਚੱਲੀਏ, ਇੱਧਰ ਹੋਟੇ ਲੈਂਦੇ ਖਾਣਾ ਖਾ ਲਓ, ਫਿਰ ਮੈਂ ਖਾ ਦੂੰਗਾ ਇੱਥੋਂ। ਗੁਰਨਵਾਜ ਨੇ ਅੱਜ ਬਹੁਤ ਘੁੰਮੀ ਘੁੰਮੀ ਕੀਤੀ ਹੈ ਨਾ ਗੁਰਨਵਾਜ, ਅੱਜ ਗੁਰਨਵਾਜ ਪਹਿਲਾਂ ਨੇ ਮੇਰੇ ਨਾਲ ਗਿਆ ਤਾਈ ਤੋਂ, ਫਿਰ ਚੱਲ ਗਿਆ ਰਸ ਦੇ ਭੂਈ ਦੇ ਨਾਲ, ਤੇ ਹੁਣ ਆਇਆ ਘਰ ਤੇ, ਇਹਦੇ ਕਿੱਥੇ ਪੈਰ ਲੱਗਦੇ ਘਰ, ਇੱਧਰ ਆਵੇ ਪੁੱਤ। ਹਾਂਜੀ ਹੁਣ ਅੱਜ ਦਾ ਵਲੋਗ ਆਪਾਂ ਇੱਥੇ ਖਤਮ ਕਰਦੇ ਹਾਂ, ਗੁੱਡ ਨਾਈਟ ਸਾਰਿਆਂ ਨੂੰ, ਤੇ ਗੁਰਨਵਾਜ ਬਾਏ ਕਰ ਦਿਓ ਸਾਰਿਆਂ ਨੂੰ, ਬਾਏ ਬਾਏ ਕਰ ਦਿਓ ਸਾਰਿਆਂ ਨੂੰ, ਤੇ ਮਿਲਦੇ ਹਾਂ ਨੈਕਸਟ ਵਲੋਗ ਚ।